ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੀਂ ਦਿੱਲੀ 'ਚ ਇੰਡੀਆ ਗੇਟ ਕੋਲ ਰਾਸ਼ਟਰੀ ਵਾਰ ਮੈਮੋਰੀਅਲ ਦੇਸ਼ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਪੁਲਵਾਮਾ 'ਚ ਹੋਏ ਸ਼ਹੀਦਾਂ ਨੂੰ ਵੀ ਯਾਦ ਕੀਤਾ। ਇਹ ਜੰਗੀ ਯਾਦਗਾਰ ਉਨ੍ਹਾਂ ਬਹਾਦੁਰ ਸੈਨਿਕਾਂ ਦੇ ਸਨਮਾਨ 'ਚ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਦੇਸ਼ ਦੀ ਸੇਵਾ 'ਚ ਆਪਣੀਆਂ ਜਾਨਾਂ ਵਾਰ ਦਿੱਤੀਆਂ। ਭਾਰਤੀ ਸਸ਼ਸਤਰ ਬਲ ਦੇ 25,000 ਤੋਂ ਵੱਧ ਸੈਨਿਕਾਂ ਨੇ ਦੇਸ਼ ਦੀ ਅਖੰਡਤਾ ਦੀ ਰੱਖਿਆ ਲਈ ਬਲੀਦਾਨ ਦਿੱਤਾ ਸੀ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਸੈਨਿਕਾਂ ਦਾ ਇਹ ਕਰਜ਼ ਉਤਾਰਨ ਦਾ ਇੱਕ ਛੋਟਾ ਜਿਹਾ ਪ੍ਰਯਾਸ ਹੈ। ਇਸ ਦੌਰਾਨ ਮੋਦੀ ਨੇ ਕਾਂਗਰਸ ਦੇ ਵੀ ਤਿੱਖੇ ਸ਼ਬਦੀ ਵਾਰ ਕੀਤੇ। ਖੁਦ ਕੋ ਭਾਰਤ ਕਾ ਭਾਗਯ ਵਿਧਾਤਾ ਸਮਝਣੇ ਵਾਲੇ ਲੋਗੋ ਨੇ ਦੇਸ਼ ਕੇ ਵੀਰ ਬੇਟੇ ਬੇਟੀਓਂ ਕੇ ਸਾਥ ਅਨਿਆਯ ਕਰਨੇ ਕੇ ਸਾਥ ਹੀ ਸੈਨਿਕੋਂ ਔਰ ਰਾਸ਼ਟਰ ਕੀ ਸੁਰੱਖਿਆ ਸੇ ਵੀ ਖਿਲਵਾੜ ਕਰਨੇ ਮੇ ਕੋਈ ਕਸਰ ਨਹੀਂ ਛੋੜੀ ਥੀ। ਸਾਥੀਓ, ਸਾਲ 2009 ਮੈਂ ਸੇਨਾ ਨੇ 1,86,000 ਬੁਲੇਟ ਪ੍ਰੂਫ ਜੈਕਟ ਕੀ ਮੰਗ ਕੀ ਥੀ। ਬਿਨਾ ਬੁਲੇਟ ਪ੍ਰੂਫ ਜੈਕਟ ਕੇ ਹਮਾਰਾ ਜਵਾਨ ਦੁਸ਼ਮਨੋ ਕੀ ਸੇਨਾ ਕੀ ਗੋਲੀਆਂ ਔਰ ਆਤੰਕੀਓ ਕੀ ਛਾਪਾਮਾਰ ਕਾਰਵਾਈ ਕਾ ਸਾਹਮਣਾ ਕਰ ਰਹਾ, ਆਪਣੀ ਜਾਨ ਕੀ ਬਾਜੀ ਲਗਾ ਕਰ ਆਤੰਕੀਓ ਕੇ ਸਾਥ ਖਤਰਨਾਕ ਐਨਕਾਊਂਟਰ ਕਰ ਰਹਾ ਥਾ। ਸਾਥੀਓ, 2009 ਸੇ ਲੇਕਰ 2014 ਤੱਕ 5 ਸਾਲ ਬੀਤ ਗਏ, ਲੇਕਿਨ ਸੇਨਾ ਕੇ ਲਈ ਬੁਲੇਟ ਪ੍ਰੂਫ ਜੈਕਟ ਨਹੀਂ ਖਰੀਦੀ ਗਈ। ये हमारी ही सरकार है जिसने बीते 4.5 वर्षों में 2,30,000 से ज्यादा बुलेट प्रूफ जैकेट खरीदे हैं। सानू दास जी, आजादी तो बाद देश से जान कुर्बान करन वाले शहीदा दी याद विच इस मेमोरियल नु इंडिया गेट नेड़े तैयार किया गया। इस यादगार विच जमीनी, समुद्री अते हवाई तिन्ने फौजा दियां 6 अहम जंगा दा जिक्र है। ਇਸ ਤੋਂ ਇਲਾਵਾ ਇਸ ਵਿੱਚ ਕਰੀਬ 26,000 ਫੌਜੀਆਂ ਦੇ ਨਾਮ ਪੱਥਰਾਂ ਤੇ ਲਿਖੇ ਗਏ। ਇੰਡੀਆ ਗੇਟ ਕੋਲ 40 ਏਕੜ ਜ਼ਮੀਨ ਤੇ 176 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਮੈਮੋਰੀਅਲ ਦੀ 6 ਦਹਾਕਿਆਂ ਤੋਂ ਮੰਗ ਕੀਤੀ ਜਾ ਰਹੀ। ਕੌਮੀ ਜੰਗੀ ਯਾਦਗਾਰ ਬਣਾਉਣ ਦੀ ਚਰਚਾ ਸਾਲ 1962 ਤੋਂ ਸ਼ੁਰੂ ਹੋਈ ਸੀ। ਯਾਦਗਾਰ ਉਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਦੇਵੇਗੀ ਜੋ ਸਾਲ 1962 ਵਿੱਚ ਚੀਨ ਨਾਲ ਜੰਗ, 1947, 1965, 1971 ਅਤੇ ਕਾਰਗਿਲ ਅਤੇ ਸ਼੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੈਨਾ ਦੇ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਨ। ਆਜ਼ਾਦੀ ਉਪਰੰਤ ਸ਼ਹੀਦ ਹੋਏ 25,942 ਸ਼ਹੀਦਾਂ ਦੇ ਨਾਂ ਇਸ ਯਾਦਗਾਰ ਉੱਤੇ ਉਕੇਰੇ ਗਏ ਨੇ। ਯਾਦਗਾਰ ਦੇ ਮੁੱਖ ਢਾਂਚੇ ਨੂੰ 4 ਚੱਕਰਾਂ ਦੇ ਰੂਪ ਵਿੱਚ ਬਣਾਇਆ ਗਿਆ। ਇਹ ਹਰੇਕ ਆਰਮ ਫੋਰਸਿਸ ਦੀਆਂ ਵੱਖ ਵੱਖ ਆਦਰਸ਼ਾਂ ਨੂੰ ਦਰਸਾਉਂਦਾ ਹੈ। ਚੱਕਰਵਿਊਹ ਦੀ ਰੂਪਰੇਖਾ ਤੋਂ ਪ੍ਰੇਰਣਾ ਲੈ ਕੇ ਯਾਦਗਾਰ ਦੀ ਉਸਾਰੀ ਕਰਵਾਈ ਗਈ ਹੈ। ਇਸ ਵਿੱਚ 4 ਗੋਲਾਕਾਰ ਕੰਪਲੈਕਸ ਨੇ ਅਤੇ 1 ਉੱਚਾ ਯਾਦਗਾਰ ਪਿੱਲਰ ਹੈ ਜਿਸ ਦੇ ਹੇਠਾਂ ਅਖੰਡ ਜੋਤ ਜਲਦੀ ਰਹੇਗੀ। ਹਰ ਸ਼ਾਮ ਇੱਥੇ ਰਿਟਰੀਟ ਸੈਰਾਮਨੀ ਵੀ ਹੋਇਆ ਕਰੇਗੀ। ਕੇਂਦਰ ਸਰਕਾਰ ਵੱਲੋਂ ਬਣਾਈ ਗਈ ਇਹ ਜੰਗੀ ਯਾਦਗਾਰ ਉਹਨਾਂ ਭਾਰਤੀ ਵੀਰ ਜਵਾਨਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਤਾਇਨਾਤ ਆਪਣੀਆਂ ਜਾਨਾਂ ਨੂੰ ਕੁਰਬਾਨ ਕਰਦੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਨਾਲ।